ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੱਜ ਜ਼ਿਲ੍ਹਾ ਗੁਰਦਾਸਪੁਰ ਦੀਆਂ ਦੋ ਸ਼ੂਗਰ ਮਿੱਲਾਂ ਦਾ ਰਸਮੀ ਤੌਰ ਤੇ ਉਦਘਾਟਨ ਕਰਕੇ ਗੰਨੇ ਦੀ ਪਿੜਾਈ ਦਾ ਕੰਮ ਸ਼ੁਰੂ ਕਰਵਾਇਆ ਗਿਆ। ਉੱਥੇ ਇਸ ਮੌਕੇ ਕਿਸਾਨ ਜਥੇਬੰਦੀਆਂ ਵੱਲੋਂ ਸ਼ੂਗਰ ਮਿੱਲ ਪਨਿਆਰ ਦੀਨਾ ਨਗਰ ਵਿਖੇ ਪਹੁੰਚ ਕੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਪੰਜਾਬ ਵਿੱਚ ਸ਼ੂਗਰ ਮਿੱਲਾਂ ਦਾ 185 ਕਰੋੜ ਰੁਪਏ ਦੇ ਕਰੀਬ ਬਕਾਇਆ ਰਾਸ਼ੀ ਬਾਕੀ ਹੈ ਜੋ ਪੰਜਾਬ ਸਰਕਾਰ ਜਾਰੀ ਨਹੀਂ ਕਰ ਰਹੀ ਹੈ। ਝੂਠੇ ਦਾਅਵੇ ਕਰਦੀਆਂ ਨੇ ਜੇ ਸਾਨੂੰ ਇਹਨਾਂ ਨੇ ਕੱਲ੍ਹ ਦੀ ਪੇਮੈਂਟ ਜਿਹੜੀ ਹੈ 9% ਦੇ ਹਿਸਾਬ ਨਾਲ ਕੀਤੀ ਆ, ਜੋ ਕਿ ਮਹਾਰਾਸ਼ਟਰ ਯੂਪੀ ਦੇ ਵਿੱਚ ਚੱਲਦਾ, ਮਹਾਰਾਸ਼ਟਰ ਯੂਪੀ ਦੇ ਮੁਕਾਬਲੇ ਸਾਨੂੰ ਰੇਟ ਦੇਣ। ਜੇ ਗੰਨੇ ਦੀ ਗੁਣਵੰਤਾ ਦੀ ਗੱਲ ਕਰਦੇ ਆ, ਅਸੀਂ ਗੁਣਵੰਤਾ ਗੰਨਾ ਉਹਨਾਂ ਦੇ ਵਧੀਆ ਜ਼ਿਮੀਂਦਾਰਾਂ ਨਾਲੋਂ ਵਧੀਆ ਸਾਡਾ ਅਸੀਂ ਸਾਡੀ ਗੰਨਾ ਪੈਦਾ ਕਰਕੇ ਦੇ ਸਕਦੇ ਹਾਂ। ਸਾਡੀ ਜਿਹੜੀ ਮਾਝੇ ਦੀ ਧਰਤੀ ਆ ਉਹ ਬਹੁਤ ਵਧੀਆ ਧਰਤੀ ਆ, ਬਹੁਤ ਉਪਜਾਊ ਤੱਕ ਧਰਤੀ ਆ, ਜਿਹੜਾ ਯੂਪੀ ਮਹਾਰਾਸ਼ਟਰ ਨਾਲ ਗੰਨਾ ਵਧੀਆ ਉਤਪਾਦ ਕਰ ਸਕਦੇ ਹਾਂ। ਸਾਡੀ ਜ਼ਿਮੀਂਦਾਰਾਂ ਦੀ ਮੰਗ ਇਹੀ ਆ, ਜੇ ਸਾਨੂੰ ਆਪਣੀਆਂ ਖੇਤੀਆਂ ਦੀਆਂ ਫਸਲਾਂ ਦਾ ਮੁੱਲ ਸਮੇਂ ਸਿਰ ਮਿਲ ਜਾਵੇ, ਅਸੀਂ ਕਿਸੇ ਸਰਕਾਰ ਦਾ ਵਿਰੋਧ ਨਹੀਂ ਕਰਦੇ। ਉੱਥੇ ਇਸ ਮੌਕੇ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਸਾਨਾਂ ਨਾਲ ਗੱਲਬਾਤ ਕਰ ਕਿਸਾਨਾਂ ਨੂੰ ਵਿਸ਼ਵਾਸ ਦਵਾਇਆ ਕਿ ਉਹਨਾਂ ਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ। ਗੁਰਦਾਸਪੁਰ ਸ਼ੂਗਰ ਮਿੱਲ, ਇਹਨਾਂ ਦੀ RPF ਹੋ ਗਈ ਹੈ, ਇਹਦੇ ਵਿੱਚ ਜਿਹੜਾ ਕੰਸਲਟੈਂਟ ਟੈਕਨੀਕਲ ਕੰਸਲਟੈਂਟ ਰੱਖਣਾ ਸੀ ਉਹਦਾ ਟੈਂਡਰ ਓਪਨ ਹੋ ਗਿਆ, ਉਹਦੀ ਹੁਣ ਫਾਈਨੈਂਸ਼ੀਅਲ ਜਿਹੜੀ ਬਿਡ ਆ ਉਹਨੂੰ ਅਸੀਂ ਓਪਨ ਕਰਾਂਗੇ ਔਰ 5-7 ਦਿਨ ਦੇ ਵਿੱਚ ਇਹਨਾਂ ਦੋਨਾਂ ਮਿੱਲਾਂ ਦਾ ਜਿਹੜਾ ਕੰਸਲਟੈਂਟ ਆ ਟੈਕਨੀਕਲ ਕੰਸਲਟੈਂਟ ਜਿਹਨੇ ਸਾਨੂੰ ਦੱਸਣਾ ਕਿ ਮਿੱਲਾਂ ਕਿਵੇਂ ਬਣਾਉਣੀਆਂ, ਉਹਦਾ ਕਰਕੇ ਉਹਦੇ ਬਾਰੇ DPR ਜਿਹਨੂੰ ਡਿਟੇਲਡ ਪ੍ਰੋਜੈਕਟ ਰਿਪੋਰਟ ਜਿਹੜੀ ਆ ਉਹ 1 ਮਹੀਨੇ ਦੇ ਵਿੱਚ ਸਬਮਿਟ ਕਰਕੇ ਅਸੀਂ 21 ਫਰਵਰੀ ਜਿਹੜੀ ਡੈਡਲਾਈਨ, ਮੈਂ ਫਰਵਰੀ 21 ਮੈਂ ਇਸ ਕਰਕੇ ਕਿਹਾ ਪਰ 1 ਫਰਵਰੀ ਮੈਂ ਡੈਡਲਾਈਨ ਰੱਖਿਆ, 2 ਮਹੀਨੇ ਦਾ ਟਾਈਮ ਚਾਹੀਦਾ ਸੀ, ਮੈਂ ਫਿਰ ਵੀ ਉਹਨਾਂ ਨੂੰ 20 ਦਿਨ ਹੋਰ ਦੇ ਕੇ ਇਹ ਅਗਲੇ ਸਾਲ ਅਸੀਂ 21 ਫਰਵਰੀ ਨੂੰ ਇਹਨਾਂ ਦੋਨਾਂ ਮਿੱਲਾਂ ਦਾ ਇੱਕੋ ਦਿਨ ਨੀਂਹ ਪੱਥਰ ਰੱਖਾਂਗੇ। ਦੀਨਾਨਗਰ ਤੋਂ ਕੀਮਤੀ ਲਾਲ, ਦੈਨਿਕ ਸਵੇਰਾ TV।